ਰਾਫੇਲ ਡੀਲ ਮਾਮਲਾ ਜੇਪੀਸੀ ਨੂੰ ਟ੍ਰਾਂਸਫਰ ਕੀਤੇ ਜਾਣ ਦੀ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਭਾਜਪਾ ਨੇ ਰਫੇਲ ਮੁੱਦੇ 'ਤੇ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਬਦਲੇ ਦੇਸ਼ ਦੇ ਹਜ਼ਾਰਾਂ ਕਰੋੜਾਂ ਰੁਪਏ ਦਾਤੇ ਲਗਵਾ ਦਿੱਤੇ ਨੇ। ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨਾਲ ਧੋਖਾ ਨਾ ਕਰਕੇ ਇਸ ਮਾਮਲੇ ਦੀ ਜਾਂਚ ਨੂੰ ਜੇਪੀਸੀ ਨੂੰ ਸੌਂਪੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਸਕੇ। ਕਾਂਗਰਸ ਪਾਰਟੀ ਦੇ ਵਰਕਰ ਸਾਰੇ ਇਕੱਠੇ ਹੋ ਕੇ ਇੱਥੇ ਭਾਰਤ ਨਗਰ ਚੌਂਕ ਦੇ ਵਿੱਚ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਇਹ ਮੁਜ਼ਾਹਰਾ ਕੀਤਾ ਕਿ ਜੇਪੀਸੀ ਗਠਿਤ ਹੋਣੀ ਚਾਹੀਦੀ ਹੈ, ਜੁਆਇੰਟ ਪਾਰਲੀਮੈਂਟ ਕਮੇਟੀ, ਤਾਂ ਕਿ ਰਾਫੇਲ ਜਹਾਜ਼ ਦੇ ਸੌਦੇ ਦੇ ਵਿੱਚ ਜੋ ਬੀਜੇਪੀ ਨੇ ਜੋ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਜੋ ਦੇਸ਼ ਦਾ 41,000 ਕਰੋੜ ਰੁਪਏ ਦਾ ਨੁਕਸਾਨ ਕੀਤਾ, ਇਸ ਦਾ ਜੁਆਇੰਟ ਪਾਰਲੀਮੈਂਟ ਜਿਹੜੀ ਕਮੇਟੀ ਹੈ ਉਹ ਇਸ 'ਤੇ ਵਿਚਾਰ ਕਰੇ, ਇਸ ਦੇ ਬਾਰੇ ਫੈਸਲਾ ਦੇਵੇ ਤਾਂ ਕਿ ਦੇਸ਼ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗੇ। ਜੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ 529 ਕਰੋੜ ਦਾ ਜਹਾਜ਼ ਰਾਫੇਲ ਜਹਾਜ਼ ਖਰੀਦਿਆ ਤੈਅ ਹੋਇਆ ਸੀ, ਉਸਨੂੰ 1570 ਕਰੋੜ ਦੇ ਵਿੱਚ ਖਰੀਦਣਾ ਬੀਜੇਪੀ ਗੌਰਮੈਂਟ ਨੇ ਨਰਿੰਦਰ ਮੋਦੀ ਦਾ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ 3 ਗੁਣਾ ਰੇਟ ਦੇ ਵਿੱਚ ਵਾਧਾ ਕੀਤਾ ਗਿਆ, ਜਦਕਿ ਉਹਨਾਂ ਲੋਕਾਂ ਦੇ ਕੋਲ ਕੋਈ ਵੀ ਆਰਮੀ ਦਾ ਸਾਜੋ ਸਮਾਨ ਖਰੀਦਣ ਦਾ ਕੋਈ ਤਜ਼ਰਬਾ ਨਹੀਂ। ਪਰ ਇੱਕੋ ਹੀ ਤਜ਼ਰਬਾ ਹੈ ਕਿ ਉਹਨਾਂ ਦੇ ਲਿੰਕ, ਉਹਨਾਂ ਦੀ ਨੇੜਤਾ, ਉਹਨਾਂ ਦੀ ਭਾਜਪਾ ਦੇ ਨਾਲ ਨਰਿੰਦਰ ਮੋਦੀ ਦੇ ਨਾਲ ਪਿਆਰ ਆ ਅਨਿਲ ਅੰਬਾਨੀ ਦਾ। ਅੱਜ ਦੇਸ਼ ਨੂੰ ਗਹਿਣੇ ਰੱਖ ਰਹੇ ਨੇ ਨਰਿੰਦਰ ਮੋਦੀ, ਅੱਜ ਦੇਸ਼ ਦਾ ਨੁਕਸਾਨ ਕਰ ਰਹੇ ਨੇ। ਅੱਜ ਭਰਾਵੋ ਇਹ ਕਾਂਗਰਸ ਪਾਰਟੀ ਦੇ ਵਰਕਰ ਸੜਕਾਂ 'ਤੇ ਉਤਰ ਕੇ ਜੇਪੀਸੀ ਬਣਾਉਣ ਦੇ ਲਈ, ਗੌਰਮੈਂਟ ਦੇ ਉੱਤੇ ਦਬਾਅ ਬਣਾਉਣ ਦੇ ਲਈ ਅੱਜ ਇਹ ਵਰਕਰਾਂ ਨੇ ਮੁਜ਼ਾਹਰਾ ਕੀਤਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ SS ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।